ਸਸਰੀਕਾਲ ਸਾਰੇ ਕਿਸਾਨ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਸਾਥੀ ਵੀਡੀਓ ਥੋੜੀ ਜਿਹੀ ਆਪਣੀ ਵਿਚਾਲੇ ਰਹਿ ਗਈ ਸੀ ਕਿਸਾਨ ਵੀਰੋ ਉਹਨੂੰ ਮੈਂ ਅੱਜ ਪੂਰਤੀ ਕਰਨ ਵਾਸਤੇ ਆਇਆ ਹਾਂ ਦੁਬਾਰੇ ਤੁਹਾਡੇ ਵਾਸਤੇ ਵੀਡੀਓ ਬਣਾ ਰਿਹਾ ਹਾਂ ਤਾਂ ਤੁਸੀਂ ਉਸ ਚੀਜ਼ ਨੂੰ ਜ਼ਰੂਰ ਗੌਰ ਕਰ ਲਿਓ ਪਹਿਲਾਂ ਵਾਲੀ ਵੀਡੀਓ ਦੇਖ ਕੇ ਹੀ ਸੈਕਿੰਡ ਵੀਡੀਓ ਮੇਰੀ ਆਹ ਪਾਰਟ ਜਿਹੜਾ ਉਹ ਦੇਖਣਾ ਸਟਾਰਟ ਕਰਿਓ ਵੀਰੋ ਤਾਰ ਕੇ ਮੇਰੀ ਥੋੜੀ ਜੀ ਜ਼ਮੀਨ ਦੀ ਸਥਿਤੀ ਤੁਸੀਂ ਦੇਖ ਲਓ ਤਿਆਰ ਕੀਤਾ ਹੋਇਆ ਬਾਣ ਹੈ ਪਾਣੀ ਲੱਗਿਆ ਹੋਇਆ ਹੈ ਤਾਰ ਕੇ ਹੁਣ ਇਹਦੀ ਬਿਜਾਈ ਕਰਨ ਦੀ ਬਸ ਜ਼ਰੂਰਤ ਹੈ ਲੀਫ ਮਾਈਨਰ ਤੇ ਕਾਲਾ ਤੇਲਾ ਆਉਂਦਾ ਹੈ ਸਰੋਂ ਦੇ ਵਿੱਚ ਠੀਕ ਸਾਨ ਵੀਰੋ ਉਹਨੂੰ ਨਿਯੰਤਰਣ ਕਰਨ ਵਾਸਤੇ ਤੁਹਾਨੂੰ ਮੈਂ ਕੀਟ ਨਸਕਾਂ ਦੀ ਦੱਸਦਾ ਕੋਈ ਹੋਰ ਚੱਕਰਾਂ 'ਚ ਨਾ ਪਿਓ ਆਪਾਂ ਕੈਮੀਕਲ ਤਰੀਕੇ ਨਾਲ ਤੁਹਾਨੂੰ ਦੱਸ ਰਹੇ ਹਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜੈਵਿਕ ਤਰੀਕੇ ਨਾਲ ਜੇ ਦਾ ਇੱਕ ਹੀ ਚੀਜ਼ ਨਾਲ ਹੱਲ ਕਰਦੇ ਹਾਂਗੇ ਆਪਾਂ ਸਾਨ ਵੀਰੋ ਕਿਉਂਕਿ ਕੈਮੀਕਲ ਤੇ ਜਿਆਦੇ ਕਿਸਾਨ ਵਿਸ਼ਵਾਸ ਜਾ ਕਰਦੇ ਆ ਅੱਜਕੱਲ ਥੋੜਾ ਜਿਹਾ ਦੇਖੇ ਕਈ ਥਾਂ ਤਾਂ ਕਰਕੇ ਤੁਹਾਨੂੰ ਦੱਸ ਰਿਹਾ ਤੇ ਜਿਹੜੀ ਡਾਈ ਮਿਥੋਏਟ ਹੁੰਦਾ ਹੈ 30 ਸੀ 250 ਮਿਲੀਲੀਟਰ ਜਾਂ ਤੁਸੀਂ ਕਰ ਦੋ ਕਿਉ ਨਾਲ ਫਾਸਪਤੀ ਸੀ 250 ਮਿਲੀਲੀਟਰ ਮੈਲਾ ਥਿਆਣ ਵੀ ਕਰ ਸਕਦੇ ਹਾਂ 300 ਮਿਲੀਲੀਟਰ ਥਾਇਓਮਿਸਥੋਕ ਜਾਮ ਵੀ ਕਰ ਸਕਦੇ ਹਾਂ 25 ਡਬਲਯੂ ਜੀ 50 ਗ੍ਰਾਮ ਠੀਕ ਹੈ ਕਾਲੇ ਤੇਲੇ ਦਾ ਤੇ ਚੇਪੇ ਦਾ ਨਿਯੰਤਰਣ ਵਾਸਤੇ ਜੈਵਿਕ ਨਿਯੰਤਰਣ ਤੋਂ ਦੱਸ ਦਿਆਂ ਜਿਹੜਾ ਨਿੰਮ ਦਾ ਕੀਟਨਾਸ਼ਕ ਹੈ 500 ml ਜਾਂ 300 ppm ਦਾ ਆਇਲ ਬੇਸ 1 ਲੀਟਰ ਨਿੰਮ ਦੇ ਤੇਲ ਦੇ ਨਾਲ 100 ਲੀਟਰ ਪਾਣੀ ਮਿਲਾ ਕੇ ਕਿਸਾਨ ਵੀਰੋ ਤਰਲ ਸਾਬਣ ਦੇ ਵਿੱਚ ਸਟਿੱਕਰ ਨੂੰ ਬਾਲਟੀ ਦੇ ਵਿੱਚ ਪਾ ਕੇ ਉਤੋਂ ਤੁਸੀਂ ਧਾਰ ਬਣਾ ਕੇ 5 ਲੀਟਰ ਪਾਣੀ ਘੋਲ ਕੇ 100 ਲੀਟਰ ਪਾਣੀ ਦੇ ਵਿੱਚ ਪਾ ਸਕਦੇ ਹੋ ਉਹਦੇ ਨਾਲ ਸਪਰੇਅ ਕਰ ਸਕਦੇ ਹੋ ਤੇ ਜੈਵਿਕ ਨਿਯੰਤਰਣ ਵਾਸਤੇ ਇੱਕ ਬਾਇਓ ਏਜੈਂਟ ਹੁੰਦਾ ਕਿਸਾਨ ਵੀਰੋ ਵਰਟੀਸੀਲੀਅਮ ਲੇਕਨਾਈ ਵਰਟੀਸੀਲੀਅਮ ਲੇਕਨਾਈ ਹੁੰਦਾ ਇੱਕ ਬਹੁਤ ਵਧੀਆ ਚੀਜ਼ ਹੈ ਪ੍ਰਕਿਰਤੀ ਨੂੰ ਵੀ ਨੁਕਸਾਨ ਬਹੁਤ ਘੱਟ ਬਚਾਊ ਆ ਤੇ 500 ਮਿਲੀਲੀਟਰ ਵਿੱਚ 100 ਲੀਟਰ ਪਾਣੀ ਪਾ ਕੇ ਉਹਦਾ ਸਪਰੇਅ ਕਰ ਸਕਦੇ ਹੋ ਵਰਟੀਸੀਲੀਅਮ ਲੇਕਨਾਈ ਬਾਇਓਜੈਂਟ ਹੈ ਤੁਹਾਨੂੰ ਮੈਂ ਦੁਬਾਰੇ ਦੱਸ ਦਿਆਂ ਬਹੁਤ ਵਧੀਆ ਚੀਜ਼ ਹੈ ਉਸ ਤੋਂ ਬਾਅਦ ਆਪਾਂ ਆਹ ਕੀਟਾਂ ਤੇ ਗੱਲ ਕਰ ਚੁੱਕੇ ਹਾਂ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਾਣ ਵੀਰੋ ਰੋਗਾਂ ਤੇ ਰੋਗ ਨਿਯੰਤਰਣ ਵਾਸਤੇ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਰੋਗ ਇਹਦੇ ਵਿੱਚ ਲੱਗਦੇ ਆ ਤੇ ਆਪਾਂ ਨੂੰ ਕੀ ਕੀ ਇਹਨਾਂ ਦਾ ਕੰਟਰੋਲ ਕਰਨਾ ਚਾਹੀਦਾ ਵਾਈਟ ਰਸਟ ਸਫੈਦ ਰੋਲੀ ਲੱਗਦੀ ਹੈ ਇਸਾਨ ਵੀਰੋ ਦੇ ਵਿੱਚ ਫਸਲ ਜਿੱਦੋਂ ਆਪਾਂ ਬੀਜਤੀ ਉਹ ਤੋਂ 50 ਤੋਂ 55 ਦਿਨਾਂ ਬਾਅਦ ਆਪਣੋਂ ਇਸ ਚੀਜ਼ ਤੇ ਕੰਮ ਕਰਨਾ ਹੈ ਗੌਰ ਕਰਨੀ ਹੈ ਇਸ ਚੀਜ਼ ਤੇ ਵੀ ਦੇਖਣਾ ਹੈ ਕਿ ਰੋਲੀ ਤਾਂ ਨਹੀਂ ਆ ਗਈ ਤੇ 200 ਗ੍ਰਾਮ ਮੈਟਾਲੈਕਸਿਲ ਨਾਮ ਦਾ ਇੱਕ ਆਉਂਦਾ ਹੈ 100 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਸਪਰੇਅ ਕਰ ਦੇਣੀ ਹੈ 15 ਦਿਨਾਂ ਬਾਅਦ ਮੈਟਾਲੈਗ ਸੀਲ ਦੇ ਨਾਲ ਫੰਗੀਸਾਈਡ ਮੈਨਕੋਜੋ ਵੀ ਮਿਲਾ ਕੇ 200 ਗ੍ਰਾਮ ਮਾਤਰਾ 100 ਲੀਟਰ ਪਾਣੀ ਦੇ ਵਿੱਚ ਸਪਰੇਅ ਕਰਨੀ ਹੈ ਦੋ ਵਾਰੀ ਸਪਰੇਅ ਕਰਨੀ ਹੈ ਜੇ ਰੋਗ ਦੇ ਮਾਮੂਲੀ ਪਹਿਲੋਂ ਲੱਛਣ ਤੁਹਾਨੂੰ ਦਿਖਾਈ ਦੇ ਜੇ ਕਿਸਾਨ ਵੀਰੋ ਤੇ ਨਿਧਾਰਿਤ ਸਮਿਆਂ ਤੇ ਤੁਸੀਂ ਸਪਰੇਅ ਕਰੋ ਅਨਥਾ ਜੇ ਤੁਸੀਂ ਦੇਰੀ ਕਰ ਦੋਗੇ ਇਹਨਾਂ ਚੀਜ਼ਾਂ ਦੇ ਵਿੱਚ ਤਾਂ ਤੁਹਾਨੂੰ ਕੀਟ ਨਿਯੰਤਰਣ ਰੋਗ ਨਿਯੰਤਰਣ ਨਹੀਂ ਹੋਣਾ ਉਦੋਂ ਬਾਅਦ ਜੁਲਸਾ ਬਲਾਈਟ ਰੋਗ ਵੀ ਹੁੰਦਾ ਇਹਦੇ ਵਿੱਚ ਕਿਸਾਨ ਵੀਰੋ ਛੇੜਾ ਜਿਹਨੂੰ ਕਹਿੰਨੇ ਤੁਸੀਂ ਐਸ ਰੋਗ ਦੇ ਲੱਛਣ ਤੁਹਾਨੂੰ ਦਿਖਾਈ ਦਿੰਦੇ ਹੀ 200 ਗ੍ਰਾਮ ਮੈਨਕੋਜੇਬ ਜਿਹੜਾ ਫੰਗੀਸਾਈਡ ਆਉਂਦਾ ਹੈ 75 ਡਬਲਯੂਪੀ 100 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਸਪਰੇਅ ਕਰ ਸਕਦੇ ਹੋ ਤੇ 10 ਤੋਂ 12 ਦਿਨਾਂ ਬਾਅਦ ਦੂਜਾ ਸਪਰੇਅ ਤੁਸੀਂ ਇਹਦੇ ਵਿੱਚ ਕਰੋਗੇ ਸਾਨ ਵੀਰੋਂ ਹੁਣ ਤੁਹਾਨੂੰ ਮੈਂ ਗੰਭੀਰ ਸਮੱਸਿਆ ਬਾਰੇ ਦੱਸੂ ਆ ਤਨਾ ਗਲਣ ਦੀ ਸਮੱਸਿਆ ਇਹ ਹੈ सरसों ਜਿਹੜਾ ਤਨਾ ਗਲਨ ਰੋਗ ਹੈ ਫੰਗਸ ਦੇ ਨਾਲ ਹੀ ਉੱਤ ਬਣਾਉਂਦਾ ਈ ਸਨ ਵੀਰੋ ਜਿਹਦੇ ਨਾਲ ਫਸਲ ਨੂੰ ਬਾਰੀ ਨੁਕਸਾਨ ਹੁੰਦਾ ਹੈ 70-80% ਫਸਲ ਇਹਦੇ ਨਾਲ ਆਪਣੀ ਖਰਾਬ ਹੋ ਜਾਂਦੀ ਹੈ ਆਹ ਰੋਗ ਹੈ ਜਿਹੜਾ ਲੱਛਣ ਲੱਛਣ ਇਹ ਜਨਵਰੀ ਮਹਾ ਦੇ ਵਿੱਚ ਦਿਖਾਈ ਦਿੰਦੇ ਕਿਸਾਨ ਵੀਰੋ ਜਨਵਰੀ ਮਹਾ ਦੇ ਵਿੱਚ ਲੱਛਣ ਦਿਖਾਈ ਦੇ ਜਾਂਦੇ ਆ ਐਦੀ ਜਿਹੜੀ ਸ਼ੁਰੂਆਤ ਹੈ ਤਣੇ ਦੇ ਜਿਹੜੇ ਨਿਚਲੇ ਭਾਗ ਹੁੰਦੇ ਆ ਉਹਨਾਂ ਤੇ ਜਲ ਸਿਕਤ ਧੱਬੇ ਬਣ ਜਾਂਦੇ ਸਾਨ ਵੀਰੋ ਤੱਬੇ ਜੇ ਬਣ ਜਾਂਦੇ ਲੰਬੇ ਲੰਬੇ ਪ੍ਰਕਾਰ ਦੇ ਜਲ ਸਿਕਤ ਠੀਕ ਹੈ ਤੁਸੀਂ ਦੇਖਿਆ ਹੋਣਾ ਉਹ ਤੱਬੇ ਇਹਨਾਂ ਦਾ ਸੰਕੇਤ ਆ ਤਨਾ ਗੱਲ ਨੂੰ ਦਾ ਉਦੋਂ ਬਾਅਦ ਉਹਨਾਂ ਤੱਬਿਆਂ ਦੇ ਉੱਤੇ ਰੂਈ ਜੇ ਸੀ ਸਰਚਨਾ ਬਣ ਜਾਂਦੀ ਹੈ ਰੂਈ ਵਰਗੀ ਸਰਚਨਾ ਬਣ ਜਾਂਦੀ ਹੈ ਸਾਨ ਵੀਰੋ ਸਫੇਦ ਰੰਗ ਦੀ ਜਿਵੇਂ ਬੱਦਲ ਜੇ ਬਣ ਜਾਂਦੇ ਪੱਤੇ ਦੇ ਉੱਤੇ ਦੇਖਿਆ ਹੋਣਾ ਐਸ ਟਾਈਪ ਦੇ ਬੱਦਲ ਜੇ ਬਣ ਰਹੇ ਆ ਸਰਚਨਾ ਤੁਹਾਨੂੰ ਦਿਖਾਈ ਦੇ ਰਹੀ ਹੈ ਠੀਕ ਹੈ ਚਿੱਟੇ ਜਿਹਟੇ ਲੰਗਦੇ ਉਹ ਫੰਗਸ ਹੁੰਦੀ ਹੈ ਕਿਸਾਨ ਵੀਰੋ ਉਹਦੇ ਆਪਾਂ ਗੌਰ ਨਹੀਂ ਕਰਦੇ ਐਸੋਸਤਾ ਵਿੱਚ ਜਿਹੜਾ ਤਣਾ ਹੁੰਦਾ ਦੂਰ ਤੋਂ ਹੀ ਚਿੱਟਾ ਦਿਖਾਈ ਦਿੰਦਾ ਸਫੇਦ ਦਿਖਾਈ ਦਿੰਦਾ ਜਮਾਂ ਆਹ ਜਿਹੜੇ ਪੌਦੇ ਐਸ ਰੋਗ ਨਾਲ ਗ੍ਰਸਤ ਹੋ ਗਏ ਤਾਂ ਦੂਜੇ ਪੌਦੇ ਨਾਲੋਂ ਛੋਟੇ ਦਿਖਣਗੇ ਤੁਹਾਨੂੰ ਇਹਨਾਂ ਦੀ ਲੰਬਾਈ ਘਟ ਜੂਗੀ ਦੂਜੇ ਪੌਦੇ ਨਾਲ ਤੇ ਜਿਹੜੇ ਬੂਟੇ ਆ ਮਰ ਜਾਣ ਲੱਗ ਜਾਣਗੇ ਸਾਨ ਵੀਰੋ ਤੇ ਨਾਲੇ ਜਿਹੜਾ ਸਮਾਂ ਹੁੰਦਾ ਉਹ ਤੋਂ ਪਹਿਲਾਂ ਹੀ ਪੱਕ ਜਾਂਦੇ ਆ ਇਹ ਤੁਹਾਨੂੰ ਆ ਗੱਲਾਂ ਜਰੂਰ ਜਰੂਰ ਕਰਨਾ ਹੈ ਤੇ ਅੰਤ ਦੇ ਵਿੱਚ ਇਹ ਤਣਾ ਇਹਦਾ ਫਟ ਜਾਂਦਾ ਹੈ ਪਾਟ ਜਾਂਦਾ ਹੈ ਤੇ ਉਹਦੇ ਕਾਰਨ ਤਣਾ ਫਟਣ ਦੇ ਕਾਰਨ ਪੌਦੇ ਜਿਹੜੇ ਮਰ ਜਾ ਵੀ ਜਾਂਦੇ ਸੁੱਕ ਜਾਂਦੇ ਆ ਤਣੇ ਦੇ ਅੰਦਰ ਬੂਰੇ ਕਾਲੇ ਰੰਗ ਦੀ ਤੁਹਾਨੂੰ ਸਰ੍ਹੋਂ ਦੇ ਦਾਣੇ ਜੇ ਥੋੜੇ ਅਕਰਤੀ ਦਿਖਾਈ ਦੇਗੀ ਤੇ ਭੂਰੇ ਕਾਲੇ ਰੰਗ ਦੇ ਤਣੇ ਜਾਂਦੇ ਜਿਹੜਾ ਤੁਹਾਡਾ ਤਣਾ ਪਟਿਆ ਹੋਊਗਾ ਕਿਉਂਕਿ ਉਹਦੇ ਵਿੱਚ ਉਹ ਜਿਹੜੇ ਫੰਗਸ ਹੁੰਦੀ ਕਿਸਾਨ ਵੀਰ ਉਹਦੇ ਬੀਜਾਂ ਨੂੰ ਲੱਗੇ ਹੁੰਦੇ ਆ ਉਹਦੇ ਮਤਲਬ ਯੁਗਮਕ ਜਿਹੜੇ ਹੁੰਦੇ ਆ ਉਹ ਹੁੰਦੇ ਉਹਦੇ ਵਿੱਚ ਬੀਜਾਂ ਨੂੰ ਹੁੰਦੇ ਆ ਬੀਜਾਂਡ ਹੁੰਦੇ ਆ ਤੇ ਫਸਲ ਦੀ ਕਟਾਈ ਦੇ ਬਾਅਦ ਉਹ ਜਿਹੜੇ ਬੀਜਾਂ ਨੂੰ ਉਹ ਜ਼ਮੀਨ ਤੇ ਡਿੱਗ ਜਾਂਦੇ ਆ ਤੇ ਪੌਦੇ ਜਿਹੜੇ ਹੁੰਦੇ ਤਣੇ ਸਾਖਾਂ ਦੇ ਪੜੇ ਰਹਿੰਦੇ ਆ ਜਿਹੜੀ ਬੂਮੀ ਹੁੰਦੀ ਹੈ ਜਿਤਾਈ ਆਪਾਂ ਕਰਦੇ ਸੰਨ ਵੀਰੋ ਜਿਹੜੀ ਆ ਲੈਂਡ ਹੈ ਇਹਦੇ ਪੇ ਜੁਦਾਈ ਕਰਦੇ ਆ ਜੁਤਾਈ ਕਰਦੇ ਆ ਉਹਦੇ ਵਿੱਚ ਮਿਲ ਜਾਂਦੇ ਆ ਤੇ ਆਹ ਤੁਹਾਨੂੰ ਮੈਂ ਦੱਸ ਦਿਆਂ ਇੱਕ ਸਾਰ ਤੋਂ ਬੜੀਆ ਪੁਆਇੰਟ ਇਹ ਜਿਹੜੀ 7 ਸਾਲ ਤੱਕ ਜਿਹੜੀ ਫੰਗਸ ਹੈ ਜਾਂਦੀ ਨਹੀਂ ਸਣ ਵੀਰੋ ਕੇਰਾ ਆਪਣੀ ਜ਼ਮੀਨ ਦੇ ਵਿੱਚ ਮਿਲ ਗਈ ਤਾਂ 7 ਸਾਲ ਤੱਕ ਰਹਾ ਜੀਵਿਤ ਰਹੂਗੀ ਠੀਕ ਸਣ ਵੀਰੋ ਇਹਨਾਂ ਚੀਜ਼ਾਂ ਤੇ ਤੁਹਾਨੂੰ ਗੌਰ ਕਰਨ ਦੀ ਜ਼ਰੂਰਤ ਹੈਗੀ ਹੈ ਜਿਹੜੇ ਖੇਤਰ ਦੇ ਵਿੱਚ ਪਿਛਲੇ ਸਾਲ ਸਰੋਂ ਦੀ ਫਸਲ ਬੀਜੀ ਗਈ ਉੱਥੇ ਆ ਤਨਾ ਗਲਣ ਦਾ ਪ੍ਰਕੋਪ ਸੀ ਤਾਂ ਹੁਣ ਤਾਂ ਕਿਸਾਨ ਵੀਰੋ ਉਹਦੇ ਵਿੱਚ ਫੰਗਸ ਜ਼ਰੂਰ ਹੋਊਗੀ ਬਿਜਾਣੂਆਂ ਨੂੰ ਨਸ਼ਟ ਕਰਨ ਵਾਸਤੇ ਤੁਸੀਂ ਟ੍ਰਾਈਕੋਦਰਮਾ ਦਾ ਯੂਜ਼ ਕਰੋਗੇ ਭੂਮੀ ਇਪਚਾਰ ਕਰਨਾ ਟ੍ਰਾਈਕੋਦਰਮਾ ਨਾਲ ਕਿਸਾਨ ਵੀਰੋ ਜਿਹੜੇ ਜ਼ਮੀਨ ਦੇ ਵਿੱਚ ਡਿੱਗੇ ਫੰਗਸ ਹੈ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਤੁਸੀਂ ਟ੍ਰਾਈਕੋਦਰਮਾ ਜਿਹੜਾ ਉਹ ਹਾਨੀਕਾਰਕ ਬਿਜਾਣੂ ਨੂੰ ਨਸ਼ਟ ਕਰ ਦੂਗਾ ਤੇ ਅੱਗੇ ਤੁਸੀਂ ਬਿਜਾਈ ਵਾਸਤੇ ਥੋੜੇ ਜਿ ਸੋਖੇ ਹੋ ਜਾਓਗੇ ਤੇ ਜਿਹੜੀ ਜ਼ਮੀਨਾਂ ਦੇ ਵਿੱਚ ਤੁਹਾਨੂੰ ਦੱਸ ਦਿਆਂ ਪਿਛਲੇ ਢੇਡੇ ਪਿਛਲੇ ਢੇਡੇ ਤਨੇ ਗਲਣ ਦਾ ਰੋਗ ਨਹੀਂ ਹੈਣੀ ਹੈਣੀ ਸੀਗਾ ਤੁਸੀਂ ਹੁਣ ਵੀ ਉੱਥੇ ਟ੍ਰਾਈਕੋਡਰਮਾ ਦਾ ਵਿਚਾਰ ਕਰ ਸਕਦੇ ਹੋ ਉਹ ਬਹੁਤ ਵਧੀਆ ਚੀਜ਼ ਹੈ ਟ੍ਰਾਈਕੋਡਰਮਾ ਕੋਈ ਜ਼ਿਆਦਾ ਨੁਕਸਾਨ ਨਹੀਂ ਪਹੁੰਚਾ ਦੇ ਤੁਸੀਂ ਬੀਜੋ ਵਿਚਾਰ ਦੇ ਨਾਲ ਵੀ ਉਹਦਾ ਯੂਜ਼ ਕਰ ਸਕਦੇ ਹੋ ਠੀਕ ਹੈ ਤੇ ਉਹ ਜਿਹੜਾ ਟ੍ਰਾਈਕੋਡਰਮ ਹੈ ਹੌਲੀ ਹੌਲੀ ਕੰਮ ਕਰਦਾ ਹੈ ਆਪਣੇ ਕੈਮੀਕਲ ਵਾਲੇ ਤਰੀਕੇ ਨਾਲ ਇੱਕਦਮ 2-3 ਦਿਨਾਂ ਵਿੱਚ ਅਸਰ ਨਹੀਂ ਦਿਖਾਉਂਦਾ ਕਿਸਾਨ ਵੀਰੋ ਐਸੀ ਤੁਸੀਂ ਜ਼ਰੂਰ ਗੌਰ ਰੱਖਣਾ ਹੈ ਤੇ ਜਿਹੜੇ ਵਿੱਚ ਹਾਨੀ ਕਰਕੇ ਜਿਹੜੇ ਫੰਗਸ ਹੁੰਦੇ ਆ ਉਹ ਜੜਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਫਿਰ ਤਾਂ ਅਖਿਰਕਿ ਤੁਹਾਨੂੰ ਬੂਮੀ ਉਪਚਾਰ ਦੀ ਤੁਹਾਨੂੰ ਵਿਧੀ ਵੀ ਸਮਝਾ ਦਈਏ ਥੋੜੀ ਜੀ ਟ੍ਰਾਈਕੋਡਰਮ ਨਾਲ ਕੀ ਕਰਨਾ ਹੈ ਟ੍ਰਾਈਕੋਡਰਮਾ ਨਾਲ ਤੁਸੀਂ ਜਿਹੜਾ ਫੰਗਸ ਹੁੰਦਾ ਹੈ ਉਹ ਹੋ ਕੰਟਰੋਲ ਕਰਨ ਵਾਸਤੇ ਜੇ ਟ੍ਰਾਈਕੋਡਰਮਾ ਉਹਨੂੰ ਗੋਬਰ ਦੀ ਖਾਦ ਦੇ ਵਿੱਚ ਮਿਲਾ ਕੇ ਤੁਸੀਂ 15 ਦਿਨ ਘੱਟ ਤੋਂ ਘੱਟ ਰੱਖੋਗੇ ਛਾਇਆ ਦੇ ਵਿੱਚ ਉਹਦੇ ਟ੍ਰਾਈਕੋਡਰਮਾ ਵੀਡੀ ਦੀ ਮਾਤਰਾ ਹੀ ਪਾਉਗੇ 2.5 ਕਿਲੋ 50 ਤੋਂ 100 ਕਿਲੋ ਤੁਸੀਂ ਸੜੀ ਗਲੀ ਨਮੀ ਉਤ ਗੋਬਰ ਦੀ ਖਾਦ ਲਾਉਂਗੇ 15 ਤੋਂ 45 ਦਿਨ ਤੁਸੀਂ ਉਹਨੂੰ ਸੁਕਾ ਕੇ ਰੱਖੋਗੇ 2 ਫੁੱਟ ਚੌੜੀ ਤੇ 2 ਫੁੱਟ ਉੱਚੀ ਤੁਸੀਂ ਆਸਕਤਾ ਦੇ ਅਨਸਾਰ ਆਪਣੇ ਲੰਬੀ ਟਿਕਾਣੇ ਦੇ ਕਾਰ ਦੀ ਢੇਰੀ ਬਣਾਓਗੇ ਕਿਸਾਨ ਵੀਰੋ ਢੇਰੀ ਬਣਾ ਕੇ 5-7 ਦਿਨ ਉਹਦੇ ਉੱਤੇ ਛੜਕਾਅ ਕਰਦੇ ਰਹੋਗੇ ਪਾਣੀ ਦਾ ਤੇ ਬੋਰੀ ਤੇਰਪਾਲ ਤੋਂ ਟੱਗ ਕੇ ਜਦੋਂ ਆਪਾਂ ਗੋਬਰਾਂ ਦਾ ਉਹ ਮੁੱਠੀ ਦੇ ਵਿੱਚ ਲੈ ਕੇ ਦੇਖਾਂਗੇ ਉਹ ਜਮਾਂ ਐਨ ਲੱਡੂ ਜਿਹਾ ਬਣ ਜੂ ਕਿਸਾਨ ਵੀਰੋ ਤਾਂ ਕਰਕੇ ਤੁਸੀਂ ਉਹਨੂੰ ਸਮਝ ਜਾਓਗੇ ਵੀ ਉਹ ਜਮਾਂ ਐਨ ਟ੍ਰਾਈਕੋਡਰਮਾ ਆਪਣਾ ਕੋਬਰ ਖਾਦ ਦੇ ਵਿੱਚ ਤਿਆਰ ਹੋ ਚੁੱਕਿਆ ਕਿਸਾਨ ਵੀਰੋ ਉਂਗਲੀਆਂ ਦੇ ਵਿੱਚ ਆਏ ਆਪਾਂ ਜੋੜਾਂਗੇ ਪਾਣੀ ਆਊਗਾ ਤਾਂ ਕਰਕੇ ਤੁਸੀਂ ਉਹ ਤਿਆਰ ਨਹੀਂ ਹੋਊਗੀ ਜੇ ਤੁਸੀਂ ਆਪਣੇ ਇੱਕ ਵੀ ਬੂੰਦ ਨਾ ਡਿੱਗੇ ਜਦੋਂ ਇਹ ਤਿਆਰ ਹੋ ਜੇ ਬੂੰਦ ਨਾ ਡਿੱਗੇ ਦੇ ਵਿੱਚੋਂ ਮੁਠੀ ਚੋਂ ਤਾਂ ਕਰਕੇ ਉਹ ਥੋੜੀ ਤਿਆਰ ਹੋਊਗੀ ਅਗਰ ਪਾਣੀ ਇਹਦੇ ਵਿੱਚ ਨਿਕਲਦਾ ਥੋੜੀ ਉਹ ਤਿਆਰ ਨਹੀਂ ਪੂਰੀ ਹਜੇ ਹੋਈ ਨਹੀਂ ਤਿਆਰ ਤਾਂ ਕਰਕੇ ਤੁਹਾਨੂੰ ਮੈਂ ਦੱਸ ਰਿਹਾ ਹਾਂ ਅੱਥੀ ਜੇ ਛੜੀ ਤੁਹਾਡੇ ਕੋਲ ਖਾਦ ਹੈਣੀ ਤਾਂ ਤੁਸੀਂ ਵਰਮੀ ਕੰਪੋਸਟ ਐ ਸਿਟੀ ਕਪੋਸ਼ ਦਾ ਵੀ ਪਿਓ ਕਰ ਸਕਦੇ ਹੋ ਤੇ ਟ੍ਰਾਈਕੋਡਰਮ ਜਿਹੜਾ ਬ ਤੁਸੀਂ ਉਪਚਾਰਿਤ ਕਰਕੇ ਬਣਾਉਂਗੇ ਸਿਸਟਮ ਉਹ ਤੁਸੀਂ ਬਿਵਾਈ ਤੋਂ ਪਹਿਲਾਂ ਹੀ ਸਿੱਟਣਾ ਹੁੰਦਾ ਤਾਂ ਕਰਕੇ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਤੁਸੀਂ ਧਿਆਨ ਰੱਖਣਾ ਹੈ ਤਾਂ ਕਰਕੇ ਆਪਾਂ ਹੁਣ ਇਸ ਸੀ ਨੂੰ ਵੀਡੀਓ ਨੂੰ ਕਰਾਂਗੇ ਬੰਦ ਕਿਸਾਨ ਵੀਰੋ ਕਿਉਂਕਿ ਮੈਂ ਤੁਹਾਨੂੰ ਹੁਣ ਸਾਰਾ ਕੁਝ ਦੱਸ ਚੁੱਕਿਆ ਹਾਂ ਲਾਸਟ ਦੇ ਵਿੱਚ ਦੋ ਚਾਰ ਜਿਹੜੇ ਪ੍ਰਭਾਵੀ ਬਿੰਦੂ ਐ ਇਹਦੇ ਉਹ ਦੱਸਦਾ ਇੱਕ ਸੂਕਾ ਪ੍ਰਬੰਧ ਵਾਸਤੇ ਦੱਸਦਾ ਠੀਕ ਸਮਾਨ ਵੀਰੋ ਸੂਕਾ ਪ੍ਰਬੰਧ ਵਾਸਤੇ ਤੁਹਾਨੂੰ ਦੱਸਣ ਜਾ ਰਿਹਾ ਮੈਂ ਠੀਕ ਹੈ ਜੀ ਬਰਾਨੀ ਜਿਹੜੀ ਸਰਵਾ ਹੁੰਦੀਆਂ ਉਹਨੂੰ ਪਕਾ ਕੇ ਜਦੋਂ ਸਾਮਿਆ ਹੁੰਦਾ ਹੈ ਸੂਕੇ ਦੇ ਪ੍ਰਤਾਪ ਪ੍ਰਕੋਪ ਤੋਂ ਬਚਾਉਣ ਵਾਸਤੇ 100 ਲੀਟਰ ਪਾਣੀ ਦੇ ਵਿੱਚ 1 ਕਿਲੋ 13045 ਉਪਰ ਗੋਲ ਬਣਾ ਕੇ ਫੁੱਲ ਵਾਲੀ ਜਿਹੜੀ ਅਵਸਥਾ ਹੋਊਗੀ ਫੁੱਲਾਂ ਵਾਲੀ ਜਿਹੜੀ ਅਵਸਥਾ ਹੋਊਗੀ ਉਸ ਅਵਸਥਾ ਦੇ ਤੁਸੀਂ ਛਿੜਕਾਅ ਕਰ ਸਕਦੇ ਹੋ ਫੁੱਲ ਜਾਂ ਫਲੀ ਦੀ ਅਵਸਥਾ ਤੇ ਇੱਕ ਇੱਕ ਸਪਰੇ ਕਰੋਗੇ ਦੋਸਤ ਭਰੇ ਆਉਣੀਆਂ 13045 ਦੀਆਂ ਤਾਂ ਕਰਕੇ ਉਹ ਪਾਲੇ ਤੋਂ ਆਪ ਤੁਸੀਂ ਬਚਾ ਸਕਦੇ ਹੋ ਨਹੀਂ ਤਾਂ ਤੁਸੀਂ ਪਾਲੇ ਤੋਂ ਨਹੀਂ ਬਚਾ ਸਕਦੇ ਉਹਦੇ ਬਾਅਦ ਸਰੋਂ ਦੀ ਫਸਲ ਦੇ ਉੱਤੇ ਪ੍ਰਭਾਵੀ ਬਿੰਦੂਆਂ ਤੇ ਕਿਸਾਨ ਵੀਰੋ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਆਹ ਵੀਡੀਓ ਬਹੁਤ ਜਿਆਦਾ ਲੰਬੀ ਹੋ ਗਈ ਤਾਂ ਕਰਕੇ ਤੁਸੀਂ ਦੇਖਦੇ-ਦੇਖਦੇ ਬੋਰ ਹੋ ਸਕਦੇ ਹੋ ਕਰਕੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਾਨੂੰ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ